ਪੰਜਾਬੀ ਅਦਾਕਾਰਾ ਸੋਨਮ ਬਾਜਵਾ ਤੇ ਐਮੀ ਵਿਰਕ ਦੀ ਜੋੜੀ ਨੂੰ ਪਰਦੇ ਉੱਪਰ ਇਕੱਠੇ ਵੇਖਣ ਲਈ ਫੈਨਸ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ। ਕਿਹਾ ਜਾ ਰਿਹਾ ਕਿ ਫਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਪੰਜਾਬੀ ਸਿਨੇਮਾ ਦੇ ਵਿੱਚ ਲਵ ਸਟੋਰੀਆਂ ਨੇ ਹਮੇਸ਼ਾ ਹੀ ਨੰਬਰ 1 ਸਥਾਨ ਰੱਖਿਆ ਤੇ ਹੁਣ ਕੁੜੀ ਹਰਿਆਣੇ ਵਾਲ ਦੀ ਫਿਲਮ ਨੇ ਇਸ ਲੜੀ ਦੇ ਵਿੱਚ ਵਾਧਾ ਕੀਤਾ। ਸੋਨਮ ਬਾਜਵਾ ਤੇ ਐਮੀ ਵਿਰਕ ਦੀ ਜੋੜੀ ਜਲਦੀ ਹੀ ਇਸ ਫਿਲਮ ਦੇ ਨਾਲ ਪਿਆਰ ਤੇ ਹਾਸਨ ਲੈ ਕੇ ਆਉਣ ਦੇ ਲਈ ਤਿਆਰ ਹੈ। ਫਿਲਮ ਕੁੜੀ ਹਰਿਆਣੇ ਵਾਲ ਦੀ ਸਾਨੂੰ ਦੋ ਰਾਜਾਂ ਦੀ ਪ੍ਰੇਮ ਕਹਾਣੀ ਦੇ ਇੱਕ ਮਨਮੋਹਕ ਯਾਤਰਾ ਤੇ ਲੈ ਕੇ ਜਾਣ ਦਾ ਵਾਅਦਾ ਕਰਦੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਐਮੀ ਵਿਰਕ ਪੰਜਾਬ ਦੇ ਰਹਿਣ ਵਾਲੇ ਹੋਣਗੇ ਤੇ ਸੋਨਮ ਬਾਜਵਾ ਇੱਕ ਹਰਿਆਣਵੀ ਕੁੜੀ ਦੇ ਕਿਰਦਾਰ ਦੇ ਵਿੱਚ ਨਜ਼ਰ ਆਏਗੀ ਜੋ ਆਪਣੇ ਆਪ ਨੂੰ ਪਿਆਰ, ਸੱਭਿਆਚਾਰ ਤੇ ਭਾਈਚਾਰੇ ਦੀਆਂ ਗੁੰਝਲਾਂ ਦੇ ਵਿੱਚ ਉਲਝੇ ਹੋਏ ਪਾਉਂਦੀ ਹੈ। ਸੋਨਮ ਬਾਜਵਾ ਤੇ ਐਮੀ ਵਿਰਕ ਦੋਵੇਂ ਇੱਕ ਬੇਮਿਸਾਲ ਅਦਾਕਾਰ ਦੇ ਹੁਨਰ ਤੇ ਕੈਮਿਸਟਰੀ ਦੇ ਲਈ ਮਸ਼ਹੂਰ ਨੇ। ਦੱਸਦੇ ਕਿ ਸੋਨਮ ਤੇ ਐਮੀ ਫਿਲਮ ਨਿੱਕਾ ਜਲਦਾਰ 4 ਤੇ ਕੁੜੀ ਹਰਿਆਣੇ ਵਾਲ ਦੀ ਦੇ ਵਿੱਚ ਇਕੱਠੇ ਵਿਖਾਈ ਦੇਣਗੇ। ਇਸ ਫਿਲਮ ਦੇ ਸੈੱਟ ਤੋਂ ਪਹਿਲਾਂ ਹੀ ਉਹ ਦੋਵਾਂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋਈਆਂ ਨੇ। ਇਸ ਵਿਚਾਲੇ ਐਮੀ ਦੇ ਵੱਲੋਂ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ ਜੋ ਸ਼ਾਇਦ ਨਿੱਕਾ ਜਲਦਾਰ 4 ਦੇ ਸੈੱਟ ਤੋਂ ਦੱਸੀ ਜਾ ਰਹੀ ਹੈ। ਐਮੀ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਦੇ ਵਿੱਚ ਸੋਨਮ ਬਾਜਵਾ ਦੇ ਨਾਲ ਵਿਆਹ ਦੇ ਜੋੜੇ ਦੇ ਵਿੱਚ ਵਿਖਾਈ ਦੇ ਰਹੇ ਨੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਵਾਂ ਦੀ ਤਸਵੀਰ ਨੂੰ ਵੇਖ ਕੇ ਫੈਨਸ ਦੇ ਵੱਲੋਂ ਲਗਾਤਾਰ ਕਮੈਂਟ ਕਰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਇਸ ਉੱਪਰ ਫੈਨਸ ਦੇ ਲਗਾਤਾਰ ਰਿਐਕਸ਼ਨ ਦੇਖੇ ਜਾ ਸਕਦੇ ਨੇ। ਇੱਕ ਯੂਜ਼ਰ ਨੇ ਕਮੈਂਟ ਕਰਕੇ ਲਿਖਿਆ, ਜੀ ਖਾਨ ਨੂੰ ਹਾਰਟ ਅਟੈਕ ਆਜੂ, ਨਾ ਕਰਿਆ ਕਰੋ ਮਜ਼ਾਕ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਕਿ ਕੁੜੀ ਹਰਿਆਣੇ ਵੱਲੋਂ ਲੈ ਕੇ ਆਉਣੀ ਆ। ਇਸ ਦੇ ਨਾਲ ਹੀ ਇੱਕ ਹੋਰ ਫੈਨ ਨੇ ਲਿਖਦੇ ਹੋਏ ਕਿਹਾ, ਇਹ ਕਦੋਂ ਹੋ ਗਿਆ। ਕੁੜੀ ਹਰਿਆਣੇ ਵਾਲ ਦੀ ਦਾ ਨਿਰਦੇਸ਼ਕ ਰਾਕੇਸ਼ ਧਵਨ ਕਰ ਰਹੇ ਨੇ ਜੋ ਆਪਣੀਆਂ ਫਿਲਮਾਂ ਦੇ ਵਿੱਚ ਹਾਸੇ ਤੇ ਦਿਲਾਂ ਨੂੰ ਮਿਲਾਉਣ ਦੇ ਲਈ ਕਲਾ ਦੇ ਲਈ ਜਾਣੇ ਜਾਂਦੇ ਨੇ। ਫਿਲਮ ਦੇ ਨਿਰਮਾਤਾ ਪਵਨ ਗਿੱਲ, ਅਮਨ ਗਿੱਲ ਅਤੇ ਸੰਨੀ ਗਿੱਲ ਹਨ। ਤੁਹਾਨੂੰ ਦੱਸ ਦਈਏ ਕਿ ਫਿਲਮ ਦਾ ਐਲਾਨ ਕਰਨ ਦੇ ਲਈ ਸੋਨਮ ਬਾਜਵਾ ਤੇ ਐਮੀ ਵਿਰਕ ਨੇ ਇੰਸਟਾਗ੍ਰਾਮ ਤੇ ਫਿਲਮ ਦੀ ਰਿਲੀਜ਼ ਡੇਟ ਦੀ ਦਿਲਚਸਪ ਖਬਰ ਸਾਂਝੀ ਕੀਤੀ ਹੈ। ਸੋਨਮ ਬਾਜਵਾ ਨੇ ਲਿਖਿਆ, 14 ਜੂਨ 2024 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਇਸ ਕੁੜੀ ਹਰਿਆਣੇ ਵਾਲ ਦੀ ਫਿਲਮ ਦੀ ਅਨਾਊਂਸਮੈਂਟ ਕਰਦਿਆਂ ਬਹੁਤ ਖੁਸ਼ੀ ਅਤੇ ਉਤਸ਼ਾਹਿਤ ਮਹਿਸੂਸ ਕਰ ਰਹੀ ਹਾਂ। ਕੁੜੀ ਹਰਿਆਣੇ ਵਾਲ ਦੀ 14 ਜੂਨ 2024 ਨੂੰ ਸਿਨੇਮਾਘਰਾਂ ਦੇ ਵਿੱਚ ਆਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬੀ ਅਦਾਕਾਰਾ ਸੋਨਮ ਬਾਜਵਾ ਤੇ ਐਮੀ ਵਿਰਕ ਦੀ ਜੋੜੀ ਨੂੰ ਪਰਦੇ ਉੱਪਰ ਇਕੱਠੇ ਵੇਖਣ ਲਈ ਫੈਨਸ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ। ਕਿਹਾ ਜਾ ਰਿਹਾ ਕਿ ਫਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ। ਪੰਜਾਬੀ ਸਿਨੇਮਾ ਦੇ ਵਿੱਚ ਲਵ ਸਟੋਰੀਆਂ ਨੇ ਹਮੇਸ਼ਾ ਹੀ ਨੰਬਰ 1 ਸਥਾਨ ਰੱਖਿਆ ਤੇ ਹੁਣ ਕੁੜੀ ਹਰਿਆਣੇ ਵਾਲ ਦੀ ਫਿਲਮ ਨੇ ਇਸ ਲੜੀ ਦੇ ਵਿੱਚ ਵਾਧਾ ਕੀਤਾ। ਸੋਨਮ ਬਾਜਵਾ ਤੇ ਐਮੀ ਵਿਰਕ ਦੀ ਜੋੜੀ ਜਲਦੀ ਹੀ ਇਸ ਫਿਲਮ ਦੇ ਨਾਲ ਪਿਆਰ ਤੇ ਹਾਸਨ ਲੈ ਕੇ ਆਉਣ ਦੇ ਲਈ ਤਿਆਰ ਹੈ। ਫਿਲਮ ਕੁੜੀ ਹਰਿਆਣੇ ਵਾਲ ਦੀ ਸਾਨੂੰ ਦੋ ਰਾਜਾਂ ਦੀ ਪ੍ਰੇਮ ਕਹਾਣੀ ਦੇ ਇੱਕ ਮਨਮੋਹਕ ਯਾਤਰਾ ਤੇ ਲੈ ਕੇ ਜਾਣ ਦਾ ਵਾਅਦਾ ਕਰਦੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਐਮੀ ਵਿਰਕ ਪੰਜਾਬ ਦੇ ਰਹਿਣ ਵਾਲੇ ਹੋਣਗੇ ਤੇ ਸੋਨਮ ਬਾਜਵਾ ਇੱਕ ਹਰਿਆਣਵੀ ਕੁੜੀ ਦੇ ਕਿਰਦਾਰ ਦੇ ਵਿੱਚ ਨਜ਼ਰ ਆਏਗੀ ਜੋ ਆਪਣੇ ਆਪ ਨੂੰ ਪਿਆਰ, ਸੱਭਿਆਚਾਰ ਤੇ ਭਾਈਚਾਰੇ ਦੀਆਂ ਗੁੰਝਲਾਂ ਦੇ ਵਿੱਚ ਉਲਝੇ ਹੋਏ ਪਾਉਂਦੀ ਹੈ। ਸੋਨਮ ਬਾਜਵਾ ਤੇ ਐਮੀ ਵਿਰਕ ਦੋਵੇਂ ਇੱਕ ਬੇਮਿਸਾਲ ਅਦਾਕਾਰ ਦੇ ਹੁਨਰ ਤੇ ਕੈਮਿਸਟਰੀ ਦੇ ਲਈ ਮਸ਼ਹੂਰ ਨੇ। ਦੱਸਦੇ ਕਿ ਸੋਨਮ ਤੇ ਐਮੀ ਫਿਲਮ ਨਿੱਕਾ ਜਲਦਾਰ 4 ਤੇ ਕੁੜੀ ਹਰਿਆਣੇ ਵਾਲ ਦੀ ਦੇ ਵਿੱਚ ਇਕੱਠੇ ਵਿਖਾਈ ਦੇਣਗੇ। ਇਸ ਫਿਲਮ ਦੇ ਸੈੱਟ ਤੋਂ ਪਹਿਲਾਂ ਹੀ ਉਹ ਦੋਵਾਂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੋਈਆਂ ਨੇ। ਇਸ ਵਿਚਾਲੇ ਐਮੀ ਦੇ ਵੱਲੋਂ ਇੱਕ ਤਸਵੀਰ ਸ਼ੇਅਰ ਕੀਤੀ ਗਈ ਹੈ ਜੋ ਸ਼ਾਇਦ ਨਿੱਕਾ ਜਲਦਾਰ 4 ਦੇ ਸੈੱਟ ਤੋਂ ਦੱਸੀ ਜਾ ਰਹੀ ਹੈ। ਐਮੀ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਦੇ ਵਿੱਚ ਸੋਨਮ ਬਾਜਵਾ ਦੇ ਨਾਲ ਵਿਆਹ ਦੇ ਜੋੜੇ ਦੇ ਵਿੱਚ ਵਿਖਾਈ ਦੇ ਰਹੇ ਨੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਦੋਵਾਂ ਦੀ ਤਸਵੀਰ ਨੂੰ ਵੇਖ ਕੇ ਫੈਨਸ ਦੇ ਵੱਲੋਂ ਲਗਾਤਾਰ ਕਮੈਂਟ ਕਰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਇਸ ਉੱਪਰ ਫੈਨਸ ਦੇ ਲਗਾਤਾਰ ਰਿਐਕਸ਼ਨ ਦੇਖੇ ਜਾ ਸਕਦੇ ਨੇ। ਇੱਕ ਯੂਜ਼ਰ ਨੇ ਕਮੈਂਟ ਕਰਕੇ ਲਿਖਿਆ, ਜੀ ਖਾਨ ਨੂੰ ਹਾਰਟ ਅਟੈਕ ਆਜੂ, ਨਾ ਕਰਿਆ ਕਰੋ ਮਜ਼ਾਕ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਕਿ ਕੁੜੀ ਹਰਿਆਣੇ ਵੱਲੋਂ ਲੈ ਕੇ ਆਉਣੀ ਆ। ਇਸ ਦੇ ਨਾਲ ਹੀ ਇੱਕ ਹੋਰ ਫੈਨ ਨੇ ਲਿਖਦੇ ਹੋਏ ਕਿਹਾ, ਇਹ ਕਦੋਂ ਹੋ ਗਿਆ।
ਕੁੜੀ ਹਰਿਆਣੇ ਵੱਲ ਦੀ ਦਾ ਨਿਰਦੇਸ਼ਕ ਰਾਕੇਸ਼ ਧਵਨਕਾਤਰੇ ਨੇ ਜੋ ਆਪਣੀਆਂ ਫਿਲਮਾਂ ਦੇ ਵਿੱਚ ਹਾਸੇ ਤੇ ਦਿਲਾਂ ਨੂੰ ਮਿਲਾਉਣ ਦੇ ਲਈ ਕਲਾ ਦੇ ਲਈ ਜਾਣੇ ਜਾਂਦੇ ਨੇ। ਫਿਲਮ ਦੇ ਨਿਰਮਾਤਾ ਪਵਨ ਗਿੱਲ, ਅਮਨ ਗਿੱਲ ਅਤੇ ਸੰਨੀ ਗਿੱਲ ਹਨ। ਤੁਹਾਨੂੰ ਦੱਸ ਦਈਏ ਕਿ ਫਿਲਮ ਦਾ ਐਲਾਨ ਕਰਨ ਦੇ ਲਈ ਸੋਨਮ ਬਾਜਵਾ ਤੇ ਐਮੀ ਵਿਰਕ ਨੇ ਇੰਸਟਾਗ੍ਰਾਮ ਤੇ ਫਿਲਮ ਦੀ ਰਿਲੀਜ਼ ਡੇਟ ਦੀ ਦਿਲਚਸਪ ਖਬਰ ਸਾਂਝੀ ਕੀਤੀ ਹੈ। ਸੋਨਮ ਬਾਜਵਾ ਨੇ ਲਿਖਿਆ 14 ਜੂਨ 2024 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਇਸ ਕੁੜੀ ਹਰਿਆਣੇ ਵੱਲ ਦੀ ਫਿਲਮ ਦੀ ਅਨਾਊਂਸਮੈਂਟ ਕਰਦਿਆਂ ਬਹੁਤ ਖੁਸ਼ੀ ਅਤੇ ਉਤਸ਼ਾਹਿਤ ਮਹਿਸੂਸ ਕਰ ਰਹੀ ਹਾਂ। ਕੁੜੀ ਹਰਿਆਣੇ ਵੱਲ ਦੀ 14 ਜੂਨ 2024 ਨੂੰ ਸਿਨੇਮਾਘਰਾਂ ਦੇ ਵਿੱਚ ਆਉਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ।